ਇਹ 71 ਮਾਡਲ ਜਿਹੜਾ ਫੋਰਡ ਹੈ ਕਿਸਾਨ ਦੀ ਸ਼ਾਨ ਹੈ ਖੇਤੀ ਦਾ ਸੰਦ ਹੈ ਫੋਰਡ ਫੋਰਡ 3000 ਜਿਹੜਾ ਉਹ ਵੀ ਤਿਆਰ ਕਰ ਲਿਆ ਗਿਆ ਇਹ 71 ਮਾਡਲ ਟਰੈਕਟਰ ਹੈ ਜੀ 1971 ਦਾ ਮਾਡਲ ਹੈ ਜਿਸ ਨੂੰ ਕਿਸਾਨਾਂ ਵੱਲੋਂ ਮੁਰ ਤੋਂ ਸਰਪੰਚ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਹੈ ਮੁਰ ਤੋਂ ਮੋਡੀਫਾਈ ਕਰ ਲਿਆ ਗਿਆ ਹੈ ਇਸ ਦੀ ਵੀ ਤਿਆਰੀ ਉਹਨਾਂ ਨੇ ਕਿਹਾ ਹੈ ਕਿ ਤਿਆਰੀ ਕਰ ਲਈ ਗਈ ਹੈ ਇਸ ਨੂੰ ਵੀ ਦਿੱਲੀ ਵੱਲ ਪਾ ਦਿੱਤਾ ਜਾਵੇਗਾ ਤਿਆਰੀ ਪੂਰੀ ਹੋ ਚੁੱਕੀ ਐ ਸੋ ਲਗਾਤਾਰ ਜਿਹੜੇ ਕਿਸਾਨ ਨੇ ਉਹ ਆਪਣੀਆਂ ਤਿਆਰੀਆਂ ਲਗਾਤਾਰ ਕਰ ਰਹੇ ਨੇ ਸਰਪੰਚ ਸਾਹਿਬ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੈ ਕਿ ਪਿੰਡ ਦੇ ਵਿੱਚ ਜਿਹੜੀ ਹੈ ਉਹ ਕਿੱਦਾਂ ਲਾਮबंदी ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨੌਨਸਮੈਂਟ ਕਰਵਾਈ ਗਈ ਹੈ ਨੌਜਵਾਨਾਂ ਨੂੰ ਕਿੱਦਾਂ ਜਾਗਰੂਕ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਜਿਹੜੇ ਉਹ ਸਾਰੇ ਪਹਿਲਾਂ ਤੋਂ ਹੀ ਜਾਗਰੂਕ ਨੇ ਤੇ ਪਹਿਲਾਂ ਸਾਡੇ ਬਜ਼ੁਰਗ ਜਾਂਦੇ ਸੀ ਪਰ ਨਹੀਂ ਅਸੀਂ ਹੁਣ ਬਜ਼ੁਰਗਾਂ ਨੂੰ ਉੱਥੇ ਮਰ ਨਹੀਂ ਦੇਣਾ ਖੋਦ ਨੌਜਵਾਨ ਲਾਵਾਦ ਨੇ ਉਹ ਪਹੁੰਚਣਗੇ ਉੱਥੇ ਤੇ ਬਾਕੀ ਦੂਜੀ ਜਿਹੜੀ ਉਹਤੇ ਕਿਸੇ ਸਾਡੇ ਸਾਫਤਾਵਨ ਕੋਈ ਕਿਸੇ ਨੂੰ ਤਕਲੀਫ ਨਹੀਂ ਆਊਗੀ ਰਾਸ਼ਨ ਜੋ ਵੀ ਚੀਜ਼ਾ ਉਹ ਸਾਰਾ ਅਸੀਂ ਨਾਲ ਆਪਦਾ ਲੈ ਕੇ ਜਾਵਾਂਗੇ ਤੇ ਜਾ ਵੀ ਰਿਹਾ ਪਹਿਲਾਂ ਵੀ ਭਜਾ ਮਾ ਇਹ ਫੁੱਲ ਤਿਆਰੀ ਹੈ ਜੀ ਇੱਥੋਂ 50 ਟਰੈਕਟਰ ਜਾਣਗੇ 50 ਟਰੈਕਟਰ ਲੈ ਕੇ ਜਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਇੱਕ ਇੱਕ ਤੁਹਾਡਾ ਟਰੈਕਟਰ ਜਿਹੜਾ ਖਤਰ ਮਾਡਲ ਤੁਸੀਂ ਕਹਿ ਰਹੇ ਹੋ ਉਹ ਵੀ ਤੁਸੀਂ ਤਿਆਰ ਕੀਤਾ ਹੈ ਉਹ ਮਹਾਰਾ ਜੀ ਉਹਦੀਆਂ ਚੂਲਾਂਆਂ ਜੀਆਂ ਖਰਾਬ ਸੀ ਉਹ ਵੀ ਸਿੱਧਾ ਕਰ ਦੇਣਾ ਉਧਰ ਉਹ ਵੀ ਜਾਊਗਾ ਉਹ ਵੀ ਉੱਥੇ ਜਾਊਗਾ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਅੰਦੋਲਨ ਦੇ ਵਿੱਚ ਉਹ ਵੱੱਟ ਚੜ ਕੇ ਸ਼ਾਮਿਲ ਹੋਣਗੇ ਜੋ 26 ਜਨਵਰੀ ਨੂੰ ਦਿੱਲੀ ਦੇ ਵਿੱਚ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਉਸ ਵਿੱਚ ਵੱੱਟ ਚੜ ਕੇ ਹਿੱਸਾ ਲਿਆ ਜਾਵੇਗਾ ਨਾ ਸਿਰਫ ਨੌਜਵਾਨ ਵੀਰ ਸਗੋਂ ਮਹਿਲਾਵਾਂ ਜਿਹੜੀਆਂ ਨੇ ਔਰਤਾਂ ਨੇ ਕਿਸਾਨਾਂ ਦੀਆਂ ਜਾਂ ਪਰਿਵਾਰਕ ਮੈਂਬਰ ਨੇ ਉਹ ਵੀ ਵੱੱਟ ਚੜ ਕੇ ਇਸ ਗਣਤੰਤਰ ਦਿਹਾੜੇ ਮੌਕੇ ਜੋ ਟਰੈਕਟਰ ਮਾਰਚ ਕੱਢਣਾ ਉਸ ਦੇ ਵਿੱਚ ਸ਼ਾਮਿਲ ਹੋਣਗੇ ਇਹ 71 ਮਾਡਲ ਟਰੈਕਟਰ ਹੈ ਜਿਹੜਾ ਇਹ ਵੀ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ ਇਹ ਵੀ ਜਿਹੜਾ ਦਿੱਲੀ ਨੂੰ ਜਾਏਗਾ ਦਿੱਲੀ ਨੂੰ ਸ਼ੂਕਦਾ ਜਾਏਗਾ ਤੇ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੈ ਉਸ ਨੂੰ ਉਹ ਸਿਰੇ ਚੜਾ ਕੇ ਹਟਣਗੇ ਆਪਣੀ ਜਿੱਤ ਜਿਹੜੀ ਹੈ ਉਹ ਪੂਰੀ ਕਰਕੇ ਆਉਣਗੇ ਵਰਿੰਦਰ ਸਿੰਘ ਥੇਨ ਦੀ ਟੀਵੀ ਭਾਰਤ ਲੁਧਿਆਣਾ